ਹੈਲੋ ਐਵਰੀਵਨ, ਮੇਰੇ ਵੱਲੋਂ ਯਾਨੀ ਕਿ ਜਸਪਿੰਦਰ ਚੀਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰੇਟ ਸ਼ੋਅ ਦੇ ਵਿੱਚ, ਜਿਹਦਾ ਨਾਂ ਹੈ ਪੰਜਾਬੀਜ਼ ਦਿਸ ਵੀਕ। ਐਂਟਰਟੇਨਮੈਂਟ ਦਾ ਪਾ ਕੇ ਗੇਅਰ, ਤੁਹਾਡੀ ਬੋਰੀਅਤ ਨੂੰ ਦੂਰ ਕਰਨ ਦੇ ਲਈ ਸਾਡਾ ਸ਼ੋਅ ਹੁੰਦਾ ਹੈ PTC ਪੰਜਾਬੀ ਅਤੇ ਅਪੇਅਰ। ਜਿਸ ਸ਼ੋਅ ਦੀ ਰਹਿੰਦੀ ਹੈ ਤੁਹਾਨੂੰ ਉਡੀਕ, ਉਹਦਾ ਨਾਂ ਹੈ ਪੰਜਾਬੀਜ਼ ਦਿਸ ਵੀਕ। ਦੋਸਤੋ, ਅੱਜ ਦੇ ਐਪੀਸੋਡ ਦੇ ਵਿੱਚ ਵਰਲਡ ਵਾਈਡ ਬਸੇ ਖਾਸ ਪੰਜਾਬੀਆਂ ਦੀਆਂ ਖਾਸ ਅਪਡੇਟਸ ਦੇ ਨਾਲ ਅਸੀਂ ਤੁਹਾਨੂੰ ਦਿਖਾਵਾਂਗੇ ਪੰਜਾਬੀ ਟੈਲੀਵਿਜ਼ਨ 'ਤੇ ਹਿਸਟਰੀ ਕ੍ਰੀਏਟ ਕਰਨ ਵਾਲੇ ਸ਼ੋਅ ਇੱਕ ਕਹਾਣੀ ਦੀ, ਸ਼ਹਿਰ ਨਾ ਜਾ ਦੀ ਮੇਕਿੰਗ। ਉਸ ਤੋਂ ਬਾਅਦ ਕਰਾਵਾਂਗੇ ਜੀ ਮਸਤੀ ਭਰੀ ਮੁਲਾਕਾਤ ਮੈਲੋਡੀ ਸਿੰਗਰ ਮਿਸ ਪੂਜਾ ਦੇ ਨਾਲ। ਚਲੋ ਫਿਰ ਕਰੀਏ ਸਟਾਰਟ। ਦੋਸਤੋ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਲੈ ਕੇ ਚੱਲਦੀ ਹਾਂ ਨਿਊਜ਼ੀਲੈਂਡ, ਜਿੱਥੇ 52ਵੀਆਂ ਚੋਣਾਂ ਦੇ ਵਿੱਚ 3 ਭਾਰਤੀ ਸੰਸਦ ਬਣੇ ਨੇ। ਬਿਲਕੁਲ ਜੀ, ਅਤੇ ਇਹਨਾਂ ਦੇ ਵਿੱਚੋਂ 2 ਨੇ ਫੀਮੇਲਸ, ਹੈ ਨਾ ਕਮਾਲ ਦੀ ਗੱਲ। ਅਤੇ ਉਸ ਤੋਂ ਕਮਾਲ ਦੀ ਗੱਲ ਪਤਾ ਕੀ ਹੈ, ਇਹਨਾਂ ਦੇ ਵਿੱਚੋਂ 1 ਨੇ ਪੰਜਾਬ ਦੇ ਸ਼ੇਰ ਸਰਦਾਰ ਕਮਲਜੀਤ ਸਿੰਘ ਬਖਸ਼ੀ, ਜੋ ਕਿ ਇਕਲੌਤੇ ਸਿੱਖ ਪਾਰਲੀਮੈਂਟ ਮੈਂਬਰ ਬਣੇ ਨੇ। ਅਤੇ ਹੋਰ ਵੀ ਕਮਾਲ ਦੀ ਗੱਲ ਹੈ ਕਿ ਇਹਨਾਂ ਨੇ 4 ਵਾਰੀ ਜਿੱਤ ਹਾਸਿਲ ਕੀਤੀ ਹੈ। ਕਿਆ ਬਾਤ ਹੈ ਜੀ, ਸਾਡੇ ਵੱਲੋਂ ਸਲਿਊਟ ਹੈ ਕਮਲਜੀਤ ਜੀ। ਦੋਸਤੋ, ਹੁਣ ਮੈਂ ਤੁਹਾਨੂੰ ਲੈ ਕੇ ਚੱਲਦੀ ਹਾਂ ਜੀ ਸਿੱਧਾ ਟੋਰਾਂਟੋ, ਜਿੱਥੇ ਏਅਰ ਕੈਨੇਡਾ ਸੈਂਟਰ ਦੇ ਵਿੱਚ ਪ੍ਰਿੰਸ ਹੈਰੀ ਨੇ ਇਨਵਿਕਟਸ ਗੇਮਸ 2017 ਨੂੰ ਅਫੀਸ਼ਲੀ ਲਾਂਚ ਕੀਤਾ। ਅਤੇ ਇਸ ਮੌਕੇ 'ਤੇ ਉੱਥੇ ਪਹੁੰਚੇ ਸਨ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਅਤੇ ਉਹਨਾਂ ਦੀ ਵਾਈਫ ਸੋਫੀ ਟਰੂਡੋ। ਹੋਰ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਅਗਲੇ 8 ਦਿਨਾਂ ਦੇ ਵਿੱਚ 15 ਦੇਸ਼ਾਂ ਤੋਂ ਲਗਭਗ 500 ਪਲੇਅਰਸ, ਕਿਆ ਬਾਤ ਹੈ ਜੀ, 12 ਸਪੋਰਟਸ ਐਕਟੀਵਿਟੀਜ਼ ਦੇ ਵਿੱਚ ਕੰਪੀਟ ਕਰਨਗੇ, ਹੈ ਨਾ ਕਮਾਲ ਦੀ ਗੱਲ। ਅਤੇ ਨਾਲ ਹੀ ਪ੍ਰਿੰਸ ਹੈਰੀ ਨੇ ਸਾਰੀ ਆਡੀਅੰਸ ਨੂੰ ਕਿਹਾ ਕਿ ਸਾਨੂੰ ਇਹਨਾਂ ਦੀ ਸਪਿਰਿਟ ਤੋਂ ਇੰਸਪੀਰੇਸ਼ਨ ਲੈਣੀ ਚਾਹੀਦੀ। Hello Toronto, bonsoir Canada. Merci beaucoup pour votre hospitalité. Trevor and his family are what Invictus is all about. Invictus is about the dedication of the men and women who served their countries, confronted hardship and refused to be defined by their injuries. More competitors, more sports, more nations. More friends, more families, and more people watching at home than ever before. With the people in this arena tonight and those watching across Canada and around the world, we have the biggest crowd Invictus has ever enjoyed. ਦੋਸਤੋ, ਹੁਣ ਗੱਲ ਕਰਦੇ ਹਾਂ ਪੰਜਾਬ ਅਤੇ ਹਰਿਆਣਾ ਦੀ, ਉਸ ਮੁਟਿਆਰ ਦੀ ਜਿਹਨੇ ਨਾ ਸਿਰਫ ਹਰਿਆਣਾ ਦਾ ਬਲਕਿ ਮੈਂ ਕਿਹਾ ਪੂਰੇ ਇੰਡੀਆ ਦਾ ਨਾਂ ਰੋਸ਼ਨ ਕੀਤਾ ਹੈ। ਜੀ ਹਾਂ, ਮਮਤਾ ਰਾਣਾ ਨੇ ਸਾਊਥ ਅਫਰੀਕਾ 'ਚ ਆਰਗੇਨਾਈਜ਼ ਕੀਤੇ ਗਏ ਕਾਮਨਵੈਲਥ ਯੂਥ ਗੇਮਸ ਦੇ ਵਿੱਚ, ਮੈਂ ਕਿਹਾ ਪਾਵਰ ਲਿਫਟਿੰਗ ਕੰਪੀਟੀਸ਼ਨ ਦੇ ਵਿੱਚ 1 ਗੋਲਡ ਅਤੇ 2 ਸਿਲਵਰ ਮੈਡਲ ਜਿੱਤੇ ਨੇ, ਹੈ ਨਾ ਕਮਾਲ ਦੀ ਗੱਲ। ਅਤੇ ਜਦੋਂ ਮਮਤਾ ਵਾਪਸ ਆਪਣੇ ਘਰ ਪਹੁੰਚੇ ਤਾਂ ਮੈਂ ਕਿਹਾ ਜੀ ਉਹਨਾਂ ਦਾ ਬੜੀ ਧੂਮਧਾਮ ਨਾਲ ਸਵਾਗਤ ਕੀਤਾ ਗਿਆ। ਸਾਡੇ ਵੱਲੋਂ ਵੀ ਮਮਤਾ ਨੂੰ ਬਹੁਤ ਬਹੁਤ ਮੁਬਾਰਕ। ਦੋਸਤੋ, ਮਮਤਾ ਰਾਣਾ ਦੇ ਨਾਲ ਨਾਲ ਅਸੀਂ ਸਲਿਊਟ ਕਰਨਾ ਚਾਹਾਂਗੇ ਪਰਨੀਤ ਕੌਰ ਨੂੰ, ਜਿਨ੍ਹਾਂ ਨੇ ਆਸਟ੍ਰੇਲੀਆ ਦੇ ਵਿੱਚ, ਮੈਂ ਕਿਹਾ ਜੀ, ਪੂਰੇ ਪੰਜਾਬੀਆਂ ਦੀ ਬੱਲੇ ਬੱਲੇ ਕਰਾ ਦਿੱਤੀ ਹੈ। ਪਰਨੀਤ ਕੌਰ ਨੇ ਸਖਤ ਮਿਹਨਤ ਕੀਤੀ ਅਤੇ ਉਹਨਾਂ ਨੂੰ ਸਾਊਥ ਵੇਲਸ ਦੀ ਅੰਡਰ 17 ਟੀਮ ਦੇ ਵਿੱਚ ਸ਼ਾਮਿਲ ਕਰ ਲਿੱਤਾ ਗਿਆ ਜੀ। ਪਰਨੀਤ ਕੌਰ ਬੋਲਰ ਨੇ ਅਤੇ ਉਹ ਆਪਣਾ ਰੋਲ ਮਾਡਲ ਮੰਨਦੇ ਨੇ ਉਮੇਸ਼ ਯਾਦਵ ਜੀ ਨੂੰ। ਦੋਸਤੋ, ਹੁਣ ਮੈਂ ਤੁਹਾਨੂੰ ਲੈ ਕੇ ਚੱਲਦੀ ਹਾਂ ਸਿੱਧਾ ਚੰਡੀਗੜ੍ਹ, ਜਿੱਥੇ ਇੰਡੀਆ ਦੀ ਸ਼ਾਨ ਸਰਦਾਰ ਮਿਲਖਾ ਸਿੰਘ ਜੀ ਦਾ ਵੈਕਸ ਸਟੈਚੂ ਖੁਦ ਮਿਲਖਾ ਸਿੰਘ ਜੀ ਨੇ ਰਿਵੀਲ ਕੀਤਾ। ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਸ ਵੈਕਸ ਸਟੈਚੂ ਨੂੰ 30 ਕਾਰੀਗਰਾਂ ਨੇ 4 ਮਹੀਨਿਆਂ ਦੇ ਵਿੱਚ ਤਿਆਰ ਕੀਤਾ, ਹੈ ਨਾ ਕਮਾਲ ਦੀ ਗੱਲ। ਅਤੇ ਕਿੱਦਾਂ ਦਾ ਫੀਲ ਹੋ ਰਿਹਾ ਹੈ ਮਿਲਖਾ ਸਿੰਘ ਜੀ ਦੀ ਫੈਮਿਲੀ ਨੂੰ ਮੈਡਮ ਟਸੌਰ ਦਿੱਲੀ ਮਿਊਜ਼ੀਅਮ ਦੇ ਵਿੱਚ ਇਸ ਸਟੈਚੂ ਨੂੰ ਦੇਖ ਕੇ, ਆਓ ਜਾਣਦੇ ਹਾਂ ਉਹਨਾਂ ਦੇ।
ਸ਼ਹੀਦ ਹੋਏ ਉਹਨਾਂ ਨੂੰ ਮੇਰਾ ਸਲਾਮ, ਆਪਣੇ ਖੂਨ ਨਾਲ ਜਿਨ੍ਹਾਂ ਨੇ ਜ਼ਮੀਨ ਨੂੰ ਸਿੰਚਿਆ ਉਹਨਾਂ ਬਹਾਦਰਾਂ ਨੂੰ ਮੇਰਾ ਸਲਾਮ। ਅਤੇ ਉਹਨਾਂ ਹੀ ਬਹਾਦਰਾਂ ਵਿੱਚੋਂ ਇੱਕ ਨਾਂ ਹੈ ਸ਼ਹੀਦ ਆਜ਼ਮ ਭਗਤ ਸਿੰਘ। ਸ਼ਹੀਦ ਆਜ਼ਮ ਭਗਤ ਸਿੰਘ ਇੱਕ ਐਸੀ ਸ਼ਖਸੀਅਤ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਆਪਣਾ ਆਪ ਵਾਰ ਦਿੱਤਾ ਅਤੇ ਹਰ ਇੱਕ ਭਾਰਤੀ ਦੇ ਮਨ ਦੇ ਵਿੱਚ ਕ੍ਰਾਂਤੀਕਾਰੀ ਬਣਨ ਦਾ ਜੋਸ਼ ਪੈਦਾ ਕਰ ਦਿੱਤਾ। ਉਸ ਵੀਰ ਕ੍ਰਾਂਤੀਕਾਰੀ ਦਾ ਜਨਮ ਦਿਹਾੜਾ ਪੂਰੇ ਪੰਜਾਬ ਦੇ ਵਿੱਚ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਪਰ ਸਭ ਤੋਂ ਖਾਸ ਜਸ਼ਨ ਹੁੰਦਾ ਹੈ ਜੀ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕਰ ਕਲਾਂ ਅਤੇ ਹੁਸੈਨੀਵਾਲਾ ਵਿੱਚ। ਇਸ ਸਾਲ ਵੀ ਇਹ ਜਸ਼ਨ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਮਨਾਇਆ ਗਿਆ। ਦੋਸਤੋ, ਹੁਣ ਗੱਲ ਕਰਦੇ ਹਾਂ ਪੰਜਾਬੀ ਟੈਲੀਵਿਜ਼ਨ ਦੇ ਇਤਿਹਾਸ ਦੇ ਵਿੱਚ ਮੰਨੇ ਪਰਮੰਨੇ ਕਹਾਣੀਕਾਰਾਂ ਦੀਆਂ ਕਹਾਣੀਆਂ ਦਾ ਲੜੀਵਾਰ ਇੱਕ ਕਹਾਣੀ ਬਾਰੇ। ਜੀ ਹਾਂ, ਇੱਕ ਕਹਾਣੀ ਦੀ ਪਹਿਲੀ ਕਹਾਣੀ ਮੁੱਲ ਥੋੜ੍ਹੇ ਦਿਨ ਪਹਿਲਾਂ PTC ਚੈਨਲ ਦੀ ਟੈਲੀਕਾਸਟ ਹੋ ਚੁੱਕੀ ਹੈ ਅਤੇ ਮੈਂ ਕਿਹਾ ਜੀ ਤੁਸੀਂ ਬਹੁਤ ਬਹੁਤ ਵਧੀਆ ਰਿਸਪੋਂਸ ਦਿੱਤਾ ਇਸ ਕਹਾਣੀ ਨੂੰ। ਹੁਣ ਇਸ ਲੜੀਵਾਰ ਦੀ ਅਗਲੀ ਕਹਾਣੀ ਸ਼ਹਿਰ ਨਾ ਜਾ। ਜੀ ਹਾਂ, ਸ਼ਹਿਰ ਨਾ ਜਾ 1 ਅਕਤੂਬਰ ਨੂੰ ਤੁਹਾਨੂੰ ਦੇਖਣ ਨੂੰ ਮਿਲੇਗੀ ਦੁਪਹਿਰੇ 12 ਵਜੇ ਅਤੇ ਸ਼ਾਮੀ 7:30 ਵਜੇ। ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਲੈ ਕੇ ਚੱਲਾਂਗੀ ਇਸ ਕਹਾਣੀ ਦੀ ਮੇਕਿੰਗ 'ਤੇ। ਚਲੋ ਚੱਲੀਏ ਫਿਰ। ਰਾਏ ਸਾਹਿਬ, ਐਂਟਰੀ ਆਓ ਤੁਹਾਡੀ। ਐਕਸ਼ਨ। ਹਾਂ, ਕੀ ਆ? ਮੈਂ ਕਿਹੜਾ ਕਿ ਚੌਲ ਨੂੰ ਆ ਕਰ ਸਰੀਰ ਮਿੱਠੀ ਹੋਇਆ ਪਿਆ। ਮੈਂ ਤੈਨੂੰ ਬਹੁਤ ਪਸੰਦ ਕਰਦਾ। ਸੱਚੀ? ਚੱਲ ਖਾ ਮੇਰੀ ਸੌਂ, ਕਿ ਅੱਜ ਤੋਂ ਬਾਅਦ ਤੂੰ ਕਦੀ ਵੀ ਸ਼ਰਾਬ ਨਹੀਂ ਪੀਵੇਂਗਾ। ਤੇਰੀ ਸੌਂ ਲੱਗੇ। ਆਪਣੇ ਸੀਵੀ ਦੀਆਂ ਅੱਖਾਂ 'ਚ ਕੀ ਇੱਜ਼ਤ ਰਹਿ ਗਈ ਮੇਰੀ? ਹਾਂਜੀ, ਫਿਰ ਕਿੱਦਾਂ ਲੱਗੀ ਜੀ ਸ਼ਹਿਰ ਨਾ ਜਾ ਦੀ ਮੇਕਿੰਗ? ਘੈਂਟ ਸੀ, ਪਸੰਦ ਆਈ? ਉਹ ਮੈਂ ਕਿਹਾ ਤੁਸੀਂ ਸਟੋਰੀ ਦੇਖਿਓ, ਸਟੋਰੀ ਵੀ ਬਾੜੀ ਕੈਮ ਹੈ, ਪਰ ਦੇਖਣਾ ਨਾ ਭੁੱਲਿਓ 1 ਅਕਤੂਬਰ ਨੂੰ ਦੁਪਹਿਰੇ 12 ਵਜੇ ਅਤੇ ਸ਼ਾਮੀ 7:30 ਵਜੇ। ਹੁਣ ਵੇਲਾ ਹੋ ਗਿਆ ਜੀ ਮੇਰੇ ਸ਼ੋਅ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਦਾ, ਪਰ ਤੁਸੀਂ ਕਿਤੇ ਨਾ ਜਾਇਓ ਕਿਉਂਕਿ ਬ੍ਰੇਕ ਤਾਂ ਛੋਟੀ ਜਿਹੀ ਹੈ, ਮੈਂ ਜਲਦੀ ਵਾਪਸ ਆ ਜਾਣਾ। ਪਰ ਬ੍ਰੇਕ ਤੋਂ ਬਾਅਦ ਮੈਂ ਕਰਾਵਾਂਗੀ ਤੁਹਾਡੀ ਇੱਕ ਪਿਆਰੀ ਜਿਹੀ ਮੁਲਾਕਾਤ ਪੰਜਾਬੀ ਇੰਡਸਟਰੀ ਦੀ ਮੈਲਡੀ ਕੁਈਨ ਮਿਸ ਪੂਜਾ ਦੇ ਨਾਲ। ਫਿਰ ਜਲਦੀ ਜਲਦੀ ਮੈਂ ਆਉਂਦੀ ਹਾਂ ਵਾਪਸ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਦੋਸਤੋ, ਬ੍ਰੇਕ ਤੋਂ ਬਾਅਦ ਮੈਂ ਤੁਹਾਡਾ ਫਿਰ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਫੇਵਰੇਟ ਸ਼ੋਅ ਦੇ ਵਿੱਚ ਜਿਹਦਾ ਨਾਂ ਹੈ ਪੰਜਾਬੀਜ਼ ਦਿਸ ਵੀਕ। ਅਤੇ ਜਿਵੇਂ ਮੈਂ ਤੁਹਾਨੂੰ ਵਾਅਦਾ ਕੀਤਾ ਸੀ, ਮੈਂ ਤੁਹਾਨੂੰ ਮਿਲਾਵਾਂਗੀ ਮੈਲਡੀ ਕੁਈਨ ਪੰਜਾਬੀਆਂ ਦੀ ਸ਼ਾਨ ਮਿਸ ਪੂਜਾ ਦੇ ਨਾਲ। ਬਿਲਕੁਲ ਜੀ, ਹੁਣ ਵੇਲਾ ਹੋ ਗਿਆ ਅੱਜ ਦੇ ਸਪੈਸ਼ਲ ਗੈਸਟ ਦੇ ਨਾਲ ਮੁਲਾਕਾਤ ਕਰਨ ਦਾ। ਪਰ ਤੁਹਾਨੂੰ ਪਤਾ ਅੱਜ ਦੇ ਸਾਡੇ ਸਪੈਸ਼ਲ ਗੈਸਟ ਕਰ ਕੀ ਰਹੇ ਨੇ? ਮੈਂ ਕਿਹਾ ਜੀ ਬਿਨਾਂ ਦੱਸੇ ਅਸੀਂ ਤੁਹਾਨੂੰ ਉਹਨਾਂ ਨੂੰ ਬਿਨਾਂ ਦੱਸੇ ਤੁਹਾਨੂੰ ਦੱਸਾਂਗੇ ਉਹ ਕੀ ਕਰ ਰਹੇ ਨੇ। ਆਹ ਦੇਖ, ਹੋ ਗਈ ਰਿਹਰਸਲ, ਅਸੀਂ ਤਾਂ ਸ਼ੋਅ ਸ਼ੁਰੂ ਕਰਤਾ ਜੀ। ਹਾਂ, ਹਾਏ, ਲਾਈਕ ਦੈਟਸ ਬੈਡ। ਸੌਰੀ ਸੌਰੀ ਸੌਰੀ, ਦੁਬਾਰਾ ਨਹੀਂ ਕਰ ਸਕਦੇ? ਨਹੀਂ ਜੀ, ਇਹ ਇੰਨਾ ਸੋਹਣਾ ਹੈ। ਐਕਚੁਲੀ ਅਸੀਂ ਮਿਸ ਪੂਜਾ ਜੀ ਨੂੰ ਦੱਸਿਆ ਨਹੀਂ ਸੀ ਕਿ ਅਸੀਂ ਉਹਨਾਂ ਨੂੰ ਇੱਦਾਂ ਹੀ ਤੰਗ ਕਰਨਾ, ਕਿਉਂਕਿ ਉਹ ਲੱਗੇ ਹੋਏ ਸੀ ਆਪਣੇ ਆਪ ਨੂੰ ਹੋਰ ਸੁਪਨਾ ਕਰਨ। ਅਤੇ ਮੇਰੇ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਤੁਹਾਡਾ ਸਵਾਗਤ ਕਰਦੀ ਹਾਂ ਸਾਡੇ ਸ਼ੋਅ ਪੰਜਾਬੀਜ਼ ਦਿਸ ਵੀਕ ਦੇ ਵਿੱਚ। ਥੈਂਕ ਯੂ ਸੋ ਮੱਚ, ਪਰ ਤੁਸੀਂ ਬਹੁਤ ਨੌਟੀ ਹੋ ਐਂਡ ਮੇਰੇ ਨਾਲ ਧੋਖਾ ਕੀਤਾ, ਤੁਸੀਂ ਮੈਨੂੰ ਦੱਸਿਆ ਵੀ ਨਹੀਂ। ਅਤੇ ਸਤਿ ਸ਼੍ਰੀ ਅਕਾਲ ਕਰ ਦਿੰਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋਗੀ ਜੀ, ਨੀਲ ਪਿੰਟ ਕੀ ਸਕਾਣੀਏ, ਸੁੱਕ ਜਾਣੀ ਕੋਈ ਨਾ, ਗੱਲਾਂ ਕਰਦੇ ਕਰਦੇ। ਸੋ ਇੰਨੇ ਪਿਆਰ ਦੇ ਨਾਲ ਇਹਨਾਂ ਨੇ ਸਾਡੀ ਗੱਲ ਅਸੈਪਟ ਕੀਤੀ। ਮੈਨੂੰ ਲੱਗਿਆ ਸੀ ਮੈਨੂੰ ਕਹਿਣਗੇ ਸ਼ਾਰਟ ਕੱਟ ਕਰੋ, ਮੈਨੂੰ ਨਹੀਂ ਪਤਾ ਮੈਂ ਦੁਬਾਰਾ ਟੇਕ ਕਰਾਂਗੀ, ਪਰ ਦਿਲ ਦੇ ਬਹੁਤ ਅੱਛੇ ਨੇ, ਇਸੇ ਕਰਕੇ ਇਹਨਾਂ ਨੇ ਸਾਨੂੰ ਕੁਛ ਨਹੀਂ ਕਿਹਾ। ਅਤੇ ਮੈਂ ਸ਼ੁਰੂਆਤ ਕਰਾਂਗੀ ਹੋਈ ਆਪਣੇ ਸ਼ੋਅ ਦੀ ਬਾਰੀ ਬਾਰੀ ਬਰਸੀ ਤੋਂ। ਹੋ ਜੇ ਫਿਰ ਥੋੜੀਆਂ ਜਿਹੀਆਂ ਲਾਈਨਾਂ ਤੇ ਆਪਾਂ ਸ਼ੋਅ ਨੂੰ ਹੋਰ ਵਧੀਆ ਤਰੋ ਤਾਜ਼ਾ ਸ਼ੁਰੂ ਕਰੀਏ। ਬਿਲਕੁਲ ਜੀ, ਬਾਰੀ ਬਾਰੀ ਬਰਸੀ ਹੁਣੇ ਰਿਲੀਜ਼ ਹੋਇਆ ਅਤੇ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਸਾਰਿਆਂ ਦਾ, ਆਡੀਓ ਨੂੰ, ਵੀਡੀਓ ਨੂੰ। ਸੋ ਆਈ ਐਮ ਰੀਅਲੀ ਐਕਸਾਈਟਿਡ, ਬਹੁਤ ਖੁਸ਼ ਹਾਂ ਅਤੇ ਬਹੁਤ ਹੈਪੀ ਹਾਂ। ਮੈਂ ਤਾਂ ਹੀ ਸੋਚਿਆ ਤੁਹਾਡੇ ਨਾਲ ਥੋੜੀਆਂ ਜਿਹੀਆਂ ਗੱਲਾਂ ਕਰਕੇ ਆਪਣੀ ਖੁਸ਼ੀ ਸਾਂਝੀ ਕਰ ਲਵਾਂ। ਤੇ ਫਿਰ ਮੈਂ ਕਿਹਾ ਚੰਦ ਲਾਈਨਾਂ ਬਾਰੀ ਬਾਰੀ ਵਰਸੀ। ਤੂੰ ਆਇਆ ਐਵੇਂ ਨਹੀਂ ਹੋ ਜ਼ਿੰਦਗੀ 'ਚ ਮਿੱਠਿਆ, ਜੰਗ ਲੜ ਕੇ ਮੁਕੱਦਰਾਂ ਨੇ ਜਿੱਤਿਆ। ਤੂੰ ਆਇਆ ਐਵੇਂ ਨਹੀਂ ਹੋ ਜ਼ਿੰਦਗੀ 'ਚ ਮਿੱਠਿਆ, ਜੰਗ ਲੜ ਕੇ ਮੁਕੱਦਰਾਂ ਨੇ ਜਿੱਤਿਆ। ਫਿਕਰ ਕਰੀ ਨਾ ਕਿਸੇ ਗੱਲ ਦਾ, ਫਿਕਰ ਕਰੀ ਨਾ ਕਿਸੇ ਗੱਲ ਦਾ,
तेनू टेवे च गुंदले अनार ने हाँ बारी बारी बरसी खटन गई सी तेनू खट के ले आंदा मुटे ਹਾਏ ਇੰਨੀ ਸੋਹਣੀ ਮੁਟਿਆਰ ਇੰਨਾ ਸੋਹਣਾ ਗਾਉਣਾ ਅਤੇ ਤਾਂ ਹੀ ਸਾਡੇ ਪੰਜਾਬੀਆਂ ਦੀ ਸ਼ਾਨ ਕਿਹਾ ਜਾਂਦਾ ਤੁਹਾਨੂੰ ਅਤੇ ਤੁਸੀਂ ਬਹੁਤ ਵਰਸੈਟਾਈਲ ਹੋ ਹਮੇਸ਼ਾ ਡਿਫਰੈਂਟ ਗਾਉਂਦੇ ਹੋ ਅਲੱਗ ਗਾਉਂਦੇ ਹੋ ਇਹ ਨਹੀਂ ਕਿ ਦੇਖਿਆ ਜਾਏ ਕਿ ਮਿਸ ਪੂਜਾ ਜੀ ਸਿਰਫ ਇੱਕੋ ਚੀਜ਼ ਗਾ ਰਹੇ ਨੇ ਇਹਦਾ ਕੀ ਰਾਜ਼ ਹੈ ਮੇਰੇ ਫੈਨਸ ਵੀ ਇਹੀ ਚਾਹੁੰਦੇ ਨੇ ਅਤੇ ਅਸੀਂ ਜੋ ਵੀ ਕੰਮ ਕਰਦੇ ਹਾਂ ਆਪਣੇ ਫੈਨਸ ਕਰਕੇ ਤਾਂ ਕਿ ਉਹਨਾਂ ਨੂੰ ਸਾਡਾ ਕੰਮ ਪਸੰਦ ਆਏ ਜੀ ਫਿਰ ਮੋਸਟਲੀ ਵੈਸੇ ਮੇਰੇ ਭੰਗੜਾ ਟਰੈਕਸ ਹੀ ਆਏ ਨੇ ਪਰ ਕਦੀ ਕਦੀ ਵਿੱਚ ਵਿੱਚ ਸ਼ੁਰਲੀ ਛੱਡ ਦਿੰਦੀ ਹੈ ਕਈ ਵਾਰ ਥੋੜ੍ਹਾ ਜਿਹਾ ਕਲਾਸੀਕਲ ਸਾਰੇ ਕਹਿੰਦੇ ਤੁਹਾਨੂੰ ਕਲਾਸੀਕਲ ਆਉਂਦਾ ਤੁਸੀਂ ਸਿੱਖਿਆ ਹੋਇਆ ਤੁਸੀਂ ਕਲਾਸੀਕਲ ਕਿਉਂ ਨਹੀਂ ਗਾਉਂਦੇ ਮੈਂ ਇਹ ਕਹਿੰਦੇ ਨਹੀਂ ਕਿ ਦਵਾਈ ਜੇ ਬੱਚੇ ਨੂੰ ਦੇਣੀ ਹੋਏ ਤਾਂ ਮਿੱਠੀ ਗੋਲੀ 'ਚ ਪਾ ਕੇ ਦੇਣੀ ਚਾਹੀਦੀ ਹੈ ਸੋ ਜਦੋਂ ਵੀ ਮੈਂ ਥੋੜ੍ਹਾ ਬਹੁਤਾ ਕਲਾਸੀਕਲ ਕੀਤਾ ਉਹਦੇ ਵਿੱਚ ਜਿਵੇਂ ਸਾਨੂੰ ਵੀ ਕਿਸੇ ਦੇ ਨਾਲ ਪਿਆਰ ਹੋ ਗਿਆ ਗੀਤ ਆਇਆ ਉਹਦੇ ਵਿੱਚ ਇੱਕ ਸਰਗਮ ਪਾਤੀ ਅਤੇ ਐਵੇਂ ਦਾ ਹੀ ਹੁਣ ਸੁਣਿਆ ਜਿਹੜਾ ਮੇਰਾ ਪਿੱਛੇ ਜਿਹੇ ਗੀਤ ਆਇਆ ਸੀ ਮਿਲਨ ਗਾਵਾ ਜੀ ਨਾਲ ਉਹ ਵੀ ਸਾਰਿਆਂ ਨੇ ਬਹੁਤ ਪਿਆਰ ਕੀਤਾ ਸੈਡ ਰੋਮੈਂਟਿਕ ਅਤੇ ਹੁਣ ਭੰਗੜਾ ਵੈਸੇ ਵਧੀਆ ਦਾ ਕਹਿਣ ਪੰਜਾਬੀਆਂ ਦੀ ਸ਼ਾਨ ਭੰਗੜਾ ਆ ਸੋ ਆਈ ਲਵ ਭੰਗੜਾ ਟਰੈਕ ਬਟ ਇਹ ਕਿ ਸਮ ਵਿੱਚ ਵਿੱਚ ਕਦੀ ਕਦੀ ਥੋੜ੍ਹਾ ਉਹਦੇ ਵਿੱਚ ਮੈਂ ਮੋਸਟਲੀ ਸਿੰਗ ਹੀ ਪਰਫੋਰਮ ਕਰਦੀ ਸੀ ਤੋਂ ਜ਼ਿਆਦਾ ਕੁਛ ਪਰਫੋਰਮ ਕਰ ਭੰਗੜਾ ਪਾਇਆ ਕਦੀ ਉਹ ਕੀਤਾ ਨਹੀਂ ਹੈ ਬਸ ਮੋਸਟਲੀ ਕੈਮਰੇ ਨਾਲ ਇੰਟਰੈਕਸ਼ਨ ਹੀ ਹੁੰਦੀ ਸੀ ਮੇਰੀ ਸੋ ਹੁਣ ਜਦੋਂ ਸੋਲੋ ਗੀਤ ਆਉਂਦੇ ਨੇ ਉਹਨਾਂ ਵਿੱਚ ਥੋੜ੍ਹਾ ਫਲੇਵਰ ਚੇਂਜ ਕਰਨ ਦਾ ਮੌਕਾ ਵੀ ਮਿਲ ਜਾਂਦਾ ਹੈ ਬਿਕੋਜ਼ ਜ਼ਿਆਦਾ ਮੇਰੀ ਚੋਇਸ ਚੱਲ ਜਾਂਦੀ ਹੈ ਮੈਡੀ ਜੀ ਥੋੜ੍ਹਾ ਟਾਈਮ ਮਿਲ ਜਾਂਦਾ ਵੀ ਕੈਨ ਥਿੰਕ ਅਬਾਊਟ ਇਟ ਕਿ ਕਿਵੇਂ ਕਰੀਏ ਕਿਵੇਂ ਕਰੀਏ ਵੋਕਲ 'ਤੇ ਵੀ ਕਰਦੇ ਹਾਂ ਪਲੱਸ ਲੁੱਕਸ 'ਤੇ ਵੀ ਕਰਦੇ ਹਾਂ ਬਿਊਟੀ 'ਤੇ ਕਿੱਦਾਂ ਕਿਉਂਕਿ ਪਹਿਲਾਂ ਵੀ ਤੁਸੀਂ ਇੰਨੇ ਸੋਹਣੇ ਸੀ ਅੱਜ ਵੀ ਇੰਨੇ ਸੋਹਣੇ ਹੋ ਉਹਦਾ ਕੀ ਰਾਜ਼ ਹੈ ਹਾਏ ਹਾਏ ਨਹੀਂ ਮਿਹਨਤ ਕਰੀਦੀ ਆ ਥੋੜ੍ਹਾ ਵਰਕਆਊਟ ਕੁਛ ਤੁਹਾਡੇ ਵਰਗੇ ਲੋਕ ਹੁੰਦੇ ਨੇ ਜਿਹੜੇ ਦਿਲ ਤੋਂ ਤੇ ਮੂੰਹ ਤੋਂ ਸਦਾ ਹੀ ਸੋਹਣੇ ਹੁੰਦੇ ਨੇ ਹਨਾ ਹੁਣ ਜਿਵੇਂ ਵਾਰੀ ਵਾਰੀ ਬਰਸੀ ਦੀ ਗੱਲ ਚੱਲ ਰਹੀ ਹੈ ਅਤੇ ਕੁਛ ਚੰਦ ਲਾਈਨਾਂ ਮੈਂ ਤੁਹਾਨੂੰ ਦੇਵਾਂਗੀ ਅਤੇ ਮੈਂ ਦੇਖਦੀ ਹਾਂ ਕਿ ਵੀ ਮਿਸ ਪੂਜਾ ਜੀ ਫੋਕ ਨੂੰ ਕਿੰਨਾ ਪਿਆਰ ਕਰਦੇ ਨੇ ਮੇਰੇ ਕੋਲ ਕੁਛ ਲਾਈਨਸ ਨੇ ਮੈਂ ਬੋਲਾਂਗੀ ਤੁਸੀਂ ਅੱਗੇ ਫਿਰ ਗਾ ਦਿਓ ਕਿਉਂਕਿ ਮੈਂ ਤਾਂ ਗਾਣ ਜੋਗੀ ਹੈ ਨਹੀਂ ਜੀ ਨਹੀਂ ਇੱਕ ਤੇਰੀ ਅੱਖ ਨੀਕ ਤੇਰੀ ਅੱਖ ਕਾਸ਼ਣੀ ਦੂਜਾ ਰਾਤ ਦੇ ਨੀਂਦਰੇ ਨੇ ਮਾਰਿਆ ਨੀ ਸ਼ੀਸ਼ ਨੂੰ ਦਰੇੜ ਪੈ ਗਈ ਵਾਲ ਵਾਉਂਦੀ ਨੇ ਧਿਆਨ ਜਦੋਂ ਮਾਰਿਆ ਨੀਕ ਮੇਰੇ ਅੱਖ ਕਾਸ਼ਣੀ ਜੁੱਤੀ ਕਸੂਰੀ ਤੁਸੀਂ ਪਹਿਲਾਂ ਹੀ ਗਾਤਾ ਮੈਨੂੰ ਸਿਰਫ ਇੰਨਾ ਗਾਉਂਦਾ ਮੈਂ ਜੁੱਤੀ ਕਸੂਰੀ ਅੱਗੇ ਤੁਸੀਂ ਪੈਰ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਜੀਣਾ ਰਹਾਂਦੀ ਮੈਂ ਸਾਰ ਨਾ ਜਾਣਾ ਉਹ ਨੀ ਰਾਹੀਂ ਵੇ ਸਾਨੂੰ ਮੁੜਨਾ ਪਿਆ ਉਹ ਨੀ ਰਾਹੀਂ ਵੇ ਸਾਨੂੰ ਮੁੜਨਾ ਪਿਆ ਤੁਸੀਂ ਇੰਨਾ ਸੋਹਣਾ ਕਲਾਸੀਕਲ ਦੀ ਗੱਲ ਕਰ ਰਹੇ ਹੋ ਹੁਣ ਜਿਵੇਂ ਤੁਸੀਂ ਸੁਰ ਜਿਹੜੇ ਲਾਉਂਦੇ ਹੋ ਜਾਂ ਤੁਸੀਂ ਹੁਣ ਕੁਛ ਜੋ ਗਾਇਆ ਮੈਨੂੰ ਪਰਸਨਲੀ ਸੁਣ ਕੇ ਇੱਦਾਂ ਲੱਗਿਆ ਕਿ ਵਾਕਿਆ ਤੁਹਾਨੂੰ ਨੌਲੇਜ ਹੈ ਜਿਹੜੇ ਅੱਜ ਕੱਲ੍ਹ ਸਿੰਗਰ ਆ ਰਹੇ ਨੇ ਚਾਹੇ ਉਹ ਕੁੜੀਆਂ ਨੇ ਚਾਹੇ ਮੁੰਡੇ ਨੇ ਤੁਹਾਨੂੰ ਕੀ ਲੱਗਦਾ ਕਿ ਉਹ ਕਿੰਨੀ ਕੁ ਟ੍ਰੇਨਿੰਗ ਲੈਂਦੇ ਨੇ ਜਾਂ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਉਦੋਂ ਟਫ ਸੀਗਾ ਸ਼ੁਰੂ ਕਰਨਾ ਉਦੋਂ ਵੀ ਹੁਣ ਵੀ ਆਈ ਡੋਨਟ ਨੋ ਕਰਦੇ ਆ ਕਿੰਨੀ ਕੁ ਕਰਦੇ ਆ ਪਰਸਨਲੀ ਮੈਂ ਇਹ ਫੀਲ ਕਰਦੀ ਆ ਕਿ ਸਿੰਗਿੰਗ ਹੋਵੇ ਜਾਂ ਕੋਈ ਵੀ ਪ੍ਰੋਫੈਸ਼ਨ ਹੋਵੇ ਜਦ ਤੱਕ ਤੁਹਾਡੀ ਪ੍ਰੋਪਰ ਟ੍ਰੇਨਿੰਗ ਨਹੀਂ ਹੈ ਨਾ ਸੋ ਇਫ ਯੂ ਵਾਂਟ ਟੂ ਗੋ ਅ ਲੌਂਗ ਵੇ ਸੋ ਤੁਹਾਨੂੰ ਉਸ ਬਾਰੇ ਨੌਲੇਜ ਹੋਣੀ ਚਾਹੀਦੀ ਹੈ ਤੇ ਹਰ ਡਿਊਟ ਗਾਣਾ ਜਦੋਂ ਆਉਂਦਾ ਸੀਗਾ ਯਾਰ ਮਿਸ ਪੂਜਾ ਦਾ ਗਾਣਾ ਲੋਕੀ ਖੁਸ਼ ਹੁੰਦੇ ਸੀਗੇ ਉਸ ਤੋਂ ਬਾਅਦ ਤੁਸੀਂ ਸੋਲੋ ਵੀ ਟਰੈਕ ਕੱਢਿਆ ਕਿ ਕਦੀ ਇੱਦਾਂ ਤਾਂ ਨਹੀਂ ਲੱਗਾ ਤੁਹਾਨੂੰ ਕਿ ਜੇ ਮੈਂ ਡਿਊਟੀ ਗਾਵਾਂਗੀ ਲੋਕੀ ਮੇਰੇ ਤੋਂ ਸਟੈਂਪ ਨਾ ਲਾ ਦੇਣ ਕਈ ਵਾਰੀ ਇੱਦਾਂ ਹੁੰਦਾ ਕਿ ਲੋਕੀ ਸਟੈਂਪ ਲਾ ਦਿੰਦੇ ਨੇ ਕਿ ਵੀ ਇਹਨੇ ਡਿਊਟੀ ਗਾਣੇ ਨੇ ਜਾਂ ਤੁਹਾਨੂੰ ਚੇਂਜ ਵੀ ਕਰਨਾ ਪਿਆ ਇੱਦਾਂ ਕੁਛ ਆਪਣੇ ਆਪ ਨੂੰ ਸੱਚੀ ਦੱਸਾਂ ਤਾਂ ਮੈਂ ਨਾ ਜ਼ਿਆਦਾ ਮੈਂ ਸੋਚਦੀ ਨਹੀਂ ਓਕੇ
ਆ ਕਰਾਂ। ਮੈਨੂੰ ਹੈ ਕਿ ਆਈ ਡੋਨਟ ਨੋ, ਮੈਨੂੰ ਲੱਗਦਾ ਕਿ ਰੱਬ ਜੋ ਕਰਾਏਗਾ ਨਾ ਵਧੀਆ ਕਰਾਊਗਾ। ਮੈਂ ਬਹੁਤ ਜ਼ਿਆਦਾ ਜਦੋਂ ਮੈਂ ਡੁਇਟ ਵੀ ਗਾਉਂਦੀ ਸੀ, ਮੈਨੂੰ ਇਹ ਨਹੀਂ ਮੈਨੂੰ ਲੱਗਿਆ ਕਿ ਉਸ ਟਾਈਮ ਜਦੋਂ ਮੈਨੂੰ ਕੋਈ ਕਹਿੰਦਾ ਸੀ ਨਾ ਕਿ ਤੁਸੀਂ ਸੋਲੋ ਕਰੋ, ਮੈਨੂੰ ਲੱਗਦਾ ਸੀ ਮੈਂ ਕਿਵੇਂ ਸੋਲੋ ਕਰ ਸਕਦੀ ਹਾਂ, ਮੈਂ ਖੁਦ ਕਿਵੇਂ ਕਰ ਸਕਦੀ ਹਾਂ, ਉਹਦੇ ਵਾਸਤੇ ਤਾਂ ਬਹੁਤ ਸਾਰੇ ਪੈਸੇ ਲੱਗਦੇ ਆ। ਸੋ ਸਵੀਟ। ਮੈਂ ਪਰਸਨਲੀ ਤੁਹਾਨੂੰ ਪਹਿਲੀ ਵਾਰ ਮਿਲੀ ਹਾਂ, ਮੈਂ ਤੁਹਾਡੇ ਬਾਰੇ ਸੁਣਿਆ, ਮੈਂ ਤੁਹਾਡੀ ਪ੍ਰੇਜ਼ ਬਹੁਤ ਲੋਕਾਂ ਕੋਲ ਸੁਣੀ ਆ। ਮੈਨੂੰ ਵੀ ਅੱਜ ਮਿਲ ਕੇ ਮੈਨੂੰ ਇੰਨਾ ਕੋਈ ਐਟੀਟਿਊਡ ਨਹੀਂ ਲੱਗਿਆ ਇਹਨਾਂ ਦੇ ਵਿੱਚ, ਇੰਨੇ ਵੱਡੇ ਸਟਾਰ 'ਤੇ ਇੰਨਾ ਵੀ ਐਟੀਟਿਊਡ ਨਹੀਂ ਦਿਲੋਂ। ਉਹਦੇ ਲਈ ਮੈਂ ਬਹੁਤ ਖੁਸ਼ ਹੋਈ ਕਿ ਦੱਸੋ ਯਾਰ ਇੰਨੇ ਅੱਛਾ ਸਿੰਗਰ, ਇੰਨੇ ਸਟਾਰ 'ਤੇ ਇੰਨਾ ਕੋਈ ਐਟੀਟਿਊਡ ਨਹੀਂ। ਅਤੇ ਹੁਣ ਇਹਦੇ ਨਾਲ ਮੈਂ ਗੱਲ ਕਰਾਂਗੀ ਐਕਟਿੰਗ ਵਿੱਚ, ਕਿ ਤੁਸੀਂ ਐਕਟਿੰਗ ਵੀ ਕੀਤੀ, ਸਿੰਗਿੰਗ ਵੀ ਕੀਤੀ। ਤੁਹਾਨੂੰ ਹੁਣ ਜਿਵੇਂ ਹਰ ਸਿੰਗਰ ਐਕਟਰ ਹੈ ਹਨਾ, ਜਾਂ ਉਹ ਬਣਦਾ ਅਤੇ ਲੋਕਾਂ ਦਾ ਰਿਸਪੋਂਸ ਅਲੱਗ ਹੁੰਦਾ, ਐਜ਼ ਅ ਫੀਮੇਲ ਤੁਹਾਨੂੰ ਕੀ ਫੀਲ ਹੋਇਆ ਕਿ ਐਜ਼ ਅ ਸਿੰਗਰ ਲੋਕਾਂ ਨੇ ਤੁਹਾਨੂੰ ਪਿਆਰ ਦਿੱਤਾ, ਐਜ਼ ਅ ਐਕਟਰ ਕੀ ਫਰਕ ਲੱਗਿਆ ਐਕਟਿੰਗ ਕਰਕੇ ਅਤੇ ਲੋਕਾਂ ਦਾ ਰਿਸਪੋਂਸ ਵੀ ਦੱਸਿਓ ਕਿ ਮੇਲ ਸਿੰਗਰਸ ਦਾ ਜ਼ਿਆਦਾ ਹੁੰਦਾ ਜਾਂ ਫੀਮੇਲ ਸਿੰਗਰਸ ਦੇ ਲਈ। ਤੁਸੀਂ ਆਨਸਰ ਥੋੜ੍ਹਾ ਜਿਹਾ ਆਪ ਹੀ ਦਿੱਤਾ। ਆਈ ਵਾਸ ਅਬਾਊਟ ਟੂ ਸੇ ਦੈਟ ਕਿ ਬਾਲੀਵੁੱਡ 'ਚ ਵੀ ਹੁਣ ਜਾ ਕੇ ਥੋੜ੍ਹੀ ਜਿਹੀ ਫੀਮੇਲ ਓਰੀਐਂਟਿਡ ਫਿਲਮਾਂ, ਕਦੀ 10 'ਚੋਂ 1-2 ਚੱਲ ਜਾਂਦੀਆਂ। ਹੁਣੀ ਮੋਮ ਇੱਕ ਫਿਲਮ ਆਈ ਜੀ, ਇਟਸ ਅ ਬਿਊਟੀਫੁਲ ਮੂਵੀ ਬਟ ਚੱਲੀ ਨਹੀਂ। ਸੋ ਪੰਜਾਬ ਤਾਂ ਲਾਈਕ ਆਈ ਡੋਨਟ ਨੋ ਕਿ ਫੀਮੇਲ ਓਰੀਐਂਟਿਡ ਫਿਲਮ ਨਹੀਂ। ਮੈਂ ਫੀਲ ਕਰਦੀ ਹਾਂ ਜੀ ਹੁੰਦਾ ਸੀ, ਦੇਖਦੇ ਹਾਂ ਕਿ ਚਾਹੇ ਲੜਕੇ ਦੀ ਜਾਂ ਮੁੰਡੇ ਦੀ ਕੋਈ ਵੀ ਫਿਲਮ ਚੱਲੇਗੀ ਫੀਮੇਲ ਓਰੀਐਂਟਿਡ ਨੂੰ ਆਪਣੇ, ਚਾਹੇ ਹੁਣ ਤੁਸੀਂ ਇੰਨੇ ਨੋਨ ਹੋ ਜੇ ਤੁਸੀਂ ਫਿਲਮ ਕਰੋਗੇ, ਤੁਹਾਨੂੰ ਵੀ ਕੀ ਸਟਰਗਲ ਕਰਨੀ ਪਈ ਆਪਣੀ ਫਿਲਮ ਦੇ ਲਈ, ਲੋਕਾਂ ਤੱਕ ਪਹੁੰਚਾਉਣ ਦੇ ਲਈ? ਪਹਿਲਾਂ ਤਾਂ ਨਾ ਜਦੋਂ ਕੀਤੀ ਨਹੀਂ ਸੀ ਉਦੋਂ ਦਾ ਸਾਰੇ ਫੈਨਸ ਕਹਿੰਦੇ ਸੀ ਮੈਮ ਫਿਲਮ ਕਰੋ, ਮੈਮ ਫਿਲਮ ਕਰੋ, ਅਸੀਂ ਤੁਹਾਡੀ ਫਿਲਮ ਵੇਖਣੀ ਆ। ਕਿ ਜਦੋਂ ਆਈ ਫਿਰ ਲਾਈਕ ਠੀਕ ਠੀਕ ਜਿਹਾ ਹੀ ਮਿਲਿਆ ਰਿਸਪੋਂਸ ਮੈਨੂੰ। ਬਾਅਦ 'ਚ ਜਦੋਂ ਮੈਂ ਟੂਰ 'ਤੇ ਜਾਂਦੀ ਸੀ ਨਾ ਜੀ, ਮੈਂ ਯੂਰਪ ਗਈ, ਉੱਥੇ ਸਾਰੇ ਮੈਮ ਤੁਹਾਡੀ ਮੂਵੀ ਆਈ, ਅਸੀਂ ਤਾਂ ਅਗਲੇ ਦਿਨ ਹੀ DVD ਲੈ ਕੇ ਦੇਖ ਲਈ। ਮੈਂ ਕਿਹਾ ਜਾਓ ਮੇਰਾ ਥੀਏਟਰ 'ਚ ਜਾ ਕੇ ਕਿਉਂ ਨਹੀਂ ਦੇਖੀ। ਮੇ ਵੀ ਉਸ ਟਾਈਮ ਓਨਾ ਟ੍ਰੈਂਡ ਨਹੀਂ ਸੀ ਜਿੰਨਾ ਉਸ ਤੋਂ ਬਾਅਦ ਫਿਲਮਾਂ ਦਾ ਆਇਆ, ਬਟ ਠੀਕ ਹੀ ਰਿਹਾ ਫਿਲਮਾਂ ਦਾ ਐਕਸਪੀਰੀਅੰਸ, ਕੋਈ ਜ਼ਿਆਦਾ ਘੈਂਟ ਨਹੀਂ ਰਿਹਾ। ਆਏ ਚਲੋ, ਬਟ ਇਹ ਹੈ ਨਾ ਕਿ ਤੁਸੀਂ ਇਨਸਾਨ, ਤੁਸੀਂ ਸਿੰਗਰ, ਤੁਸੀਂ ਐਕਟਰ, ਘੈਂਟ ਹੋ। ਅਤੇ ਹੁਣ ਇੱਕ ਛੋਟੀ ਜਿਹੀ ਗੇਮ ਪਲਾਨ ਕਰੀਏ ਤੁਹਾਡੇ ਨਾਲ, ਇਜਾਜ਼ਤ ਦਓਗੇ? ਗੇਮ? ਹਾਂਜੀ, ਲਾਈਕ ਇੱਥੇ ਖੇਡਣੀ ਪਹਿਲੇ? ਹਾਂਜੀ ਹਾਂਜੀ, ਇਹ ਟਰੁੱਥ ਐਂਡ ਡੇਅਰ। ਮੈਨੂੰ ਫੜਨ ਫੜਾਈ ਕੋਈ ਫੁੱਟਬਾਲ ਤਾਂ ਨਹੀਂ ਖਿਲਾਣ ਲੱਗੇ? ਅਸੀਂ ਟਰੁੱਥ ਐਂਡ ਡੇਅਰ ਦੀ ਗੇਮ ਰੱਖੀ ਆ ਤੁਹਾਡੇ ਨਾਲ। ਅਸੀਂ ਤੁਹਾਨੂੰ ਕੁਝ ਸਵਾਲ ਕਰਨੇ, ਮੈਂ ਪੁੱਠੇ ਸਿੱਧੇ ਵੀ ਹੋ ਸਕਦੇ ਨੇ, ਜੇ ਤਾਂ ਤੁਸੀਂ ਜਵਾਬ ਦੇਣੇ ਆ ਵੈਲ ਐਂਡ ਗੁੱਡ, ਜੇ ਤੁਸੀਂ ਜਵਾਬ ਨਹੀਂ ਦੇਣੇ ਤਾਂ ਫਿਰ ਸਾਡੇ ਇਸ ਸੰਦੂਕ ਦੇ ਵਿੱਚੋਂ ਇੱਕ ਪਰਚੀ ਨਿਕਲੇਗੀ, ਉਹ ਤੁਸੀਂ ਜੋ ਉੱਤੇ ਲਿਖਿਆ ਹੋਇਆ ਤੁਹਾਨੂੰ ਕਰਨਾ ਪੈਣਾ। ਪਹਿਲਾ ਕੁਐਸਚਨ ਇਹ ਹੈ ਕਿ ਕੀ ਮਿਸ ਪੂਜਾ ਨੇ ਕਦੀ ਕਿਸੇ ਨੂੰ ਸੱਚਾ ਪਿਆਰ ਕੀਤਾ? ਪਿਆਰ ਸੱਚਾ? ਆਏ ਹਾਏ, ਦੇਖ ਲਓ, ਨਹੀਂ ਤਾਂ ਫਿਰ ਸਾਡੇ ਆ ਸੰਦੂਕ ਖੁੱਲੇਗਾ। ਦੱਸ ਤਾਂ ਕੀਤਾ ਹੈ? ਆਏ ਹਾਏ, ਕੀਤਾ? ਅੱਛਾ ਜੀ, ਪਾਪਾ ਨੂੰ? ਆ ਦੇਖੋ, ਨਹੀਂ ਟਰੂਥ ਹੈ, ਮੈਂ 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 ਜੋ ਕੁਝ ਵੀ ਆ ਜੀ, ਮੈਂ ਆਈ ਐਮ ਆਲ ਬਿਕੋਜ਼ ਆਫ ਮਾਈ ਫਾਦਰ ਜੀ, ਮੇਰੇ ਪਾਪਾ ਕਰਕੇ। ਬਿਕੋਜ਼ ਮੈਨੂੰ ਨਹੀਂ ਪਤਾ ਸੀ ਕਿ ਮੈਂ ਮਿਊਜ਼ਿਕ 'ਚ ਮੈਨੂੰ ਕਿੰਨਾ ਸ਼ੌਂਕ ਹੈ, ਪਰ ਪਾਪਾ ਨੂੰ ਸੀ ਕਿ ਉਹਨਾਂ ਦੀ ਕੁੜੀ ਕੁਝ ਕਰੇ, ਜੋ ਕਿ ਅੱਜ ਕੱਲ੍ਹ ਸਾਰੇ ਪੇਰੈਂਟਸ ਨੂੰ ਹੋਣਾ ਚਾਹੀਦਾ, ਵੀ ਆਪਣੀ ਕੁੜੀਆਂ ਨੂੰ ਸਪੋਰਟ ਕਰਨਾ ਚਾਹੀਦਾ। ਸੋ ਆਈ ਹੈਵ ਬੀਨ ਲੱਕੀ ਕਿ ਮੇਰੇ ਪਾਪਾ ਨੇ ਮੈਨੂੰ ਬਹੁਤ ਸਪੋਰਟ ਕੀਤੀ, ਮੇਰੀ ਫੈਮਿਲੀ, ਮੇਰੇ ਬ੍ਰਦਰ। ਬਿਕੋਜ਼ ਸੀ, ਯੂ ਕੈਨ ਅੰਡਰਸਟੈਂਡ ਬੀਇੰਗ ਅ ਗਰਲ, ਜੇ ਤੁਹਾਡੀ ਫੈਮਿਲੀ ਤੁਹਾਡੇ ਨਾਲ ਹੈ, ਇਟਸ ਬਹੁਤ ਹੈਲਪ ਹੋ ਜਾਂਦੀ ਹੈ। ਸੋ ਹਮੇਸ਼ਾ ਬਾਹਰ ਗਏ, ਕਿਤੇ ਵੀ ਗਏ, ਮੇਰੇ ਬ੍ਰਦਰ ਮੇਰੇ ਨਾਲ ਗਿਆ ਰਿਕਾਰਡਿੰਗ 'ਤੇ, ਗਏ ਪਾਪਾ ਮੇਰੇ ਨਾਲ, ਉਹਨਾਂ ਨੇ ਈਵਨ ਮੈਨੂੰ ਬਹੁਤ ਜ਼ਿਆਦਾ ਹੈਲਪ ਵੀ ਕੀਤੀ, ਜਿਵੇਂ ਪ੍ਰੋਨਾਂਸੀਏਸ਼ਨ, ਕਿਵੇਂ ਵਰਡ ਬੋਲਣਾ। ਸੋ ਹੀ ਇਜ਼ ਮਾਈ ਐਵਰੀਥਿੰਗ ਐਵਰੀਥਿੰਗ ਕੋਈ ਐਸਾ ਸਿੰਗਰ ਜਾਂ ਫੀਮੇਲ ਜਾਂ ਮੇਲ ਕੋਈ ਵੀ ਸਿੰਗਰ ਹੈ ਜਿਹਨੂੰ, ਜਿਹੜਾ ਤੁਹਾਨੂੰ ਜਮਾਂ ਪਸੰਦ ਨਹੀਂ, ਬਿਲਕੁਲ ਪਸੰਦ ਨਹੀਂ, ਤੁਸੀਂ ਉਹਦਾ ਨਾਂ ਲੈ ਕੇ ਕਹੋ ਕਿ ਮੈਨੂੰ ਬੰਦਾ ਹੀ ਪਸੰਦ ਨਹੀਂ ਹੈ, ਕੁੜੀ ਪਸੰਦ ਨਹੀਂ, ਇੱਦਾਂ ਤਾਂ ਨਹੀਂ ਹੈ ਵੀ ਸਾਨੂੰ ਕੋਈ ਪਸੰਦ ਨਾ ਹੋਵੇ, ਸਾਨੂੰ ਕੋਈ ਤੇ ਭੈੜਾ ਲੱਗੂ ਕਿ ਨਹੀਂ ਤੇ ਚਾਹੁੰਦੇਗੇ ਹੋ ਚਾਹੁੰਦੇਗੇ ਹੋ, ਮੈਨੂੰ ਛਿੱਤਰ ਲਾਉਣਾ ਚਾਹੁੰਦੇ ਆ। ਪਤਾ ਕੁੜੀਆਂ ਕੁੜੀਆਂ ਨੂੰ ਐਵੇਂ ਸਾਰੇ ਲੜਾਈ ਜਾਂਦੇ ਆ, 4-5 ਗਿਣਤੀ ਦੀਆਂ ਕੁੜੀਆਂ ਹੁਣ ਵੱਧ ਰਹੀਆਂ, ਵਿਚ ਇਜ਼ ਵੈਰੀ ਗੁੱਡ, ਥੋੜ੍ਹੀਆਂ ਜਿਹੜਾ ਉਹਨਾਂ ਨੂੰ ਲੜਾਈ ਜਾਂਦੇ ਆ। ਚਲੋ ਫਿਰ, ਮੈਨੂੰ ਲੱਗਦਾ ਸੰਦੂਕ ਖੋਲ੍ਹਣਾ ਪੈਣਾ ਸਾਨੂੰ, ਕਿਉਂਕਿ ਆਨਸਰ ਨਹੀਂ ਤਾਂ ਇਹਦੇ ਵਿੱਚ ਇੱਕ ਪਰਚੀ ਤੁਹਾਨੂੰ ਚੁੱਕਣੀ ਪੈਣੀ ਹੈ। ਹਾਂਜੀ, ਜੇ ਗਲਤ ਜਾ ਹੋਇਆ ਮੈਂ ਕੱਟੇ ਕਰਨਾ ਨਹੀਂ, ਮੈਂ ਖੋਲ੍ਹਾਂ, ਲਿਓ ਮੈਂ ਖੋਲ੍ਹ, ਮੈਂ ਆਪਣੇ ਹਿਸਾਬ ਨਾਲ ਬੋਲਦੀ। ਕੀ ਹੈ ਜੀ, ਬਚ ਗਈ ਸ਼ਰਾਬੀ ਦੀ ਐਕਟਿੰਗ? ਓ ਮਾਈ ਗੋਡ, ਬਚ ਗਈ ਸ਼ਰਾਬੀ ਦੀ ਐਕਟਿੰਗ, ਹੋਰ ਕੀ ਹੋ ਸਕਦਾ ਸੀ? ਹੋਰ ਵੀ ਹੈਗੇ ਇੱਕ ਦੋ ਜੀ। ਹਾਂ ਹਾਂ, ਆਪਣੇ ਗੀਤ ਰਾਹੀਂ ਦੱਸਦੀ ਹਾਂ ਜੀ। ਜਦੋਂ ਮਾਰਿਆ ਗਲੀ, ਕਿੰਨੇ ਅੰਦਰੋਂ ਖੁਸ਼ੀ ਹੋ ਰਹੀ ਹੈ ਨਾ। ਹਾਂ, ਮੈਂ ਪਹਿਲੀ ਵਾਰ ਸ਼ਰਾਬੀ ਦੀ ਐਕਟਿੰਗ ਕਰ ਰਹੀ ਹਾਂ ਜੀ। ਜਦੋਂ ਮਾਰੇ ਅਗਲੀ ਚ ਲਲਕਾਰਾ ਗਵਾਂਡ ਸਾਰਾ ਲੁਕਦਾ ਵੀਰ, ਅੱਧ ਸੀ ਜੱਟ ਨੂੰ ਬਸ ਆਈ ਐਮ ਅ ਬੈਡ ਐਕਟਰ। ਸ਼ਰਾਬੀ ਦੀ ਤਾਂ ਕਰ ਨਹੀਂ ਸਕਦੀ ਮੈਂ,
ਪੀਂਦੀ ਨਹੀਂ ਨਾ ਸੋ ਆਏ ਦੱਸ ਨਹੀਂ ਸਕਦੀ ਵੀ ਕਿਵੇਂ ਕਰਦੇ ਆ ਸ਼ਰਾਬੀ ਦੀ ਐਕਟਿੰਗ ਆਏ ਹਾਏ 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 ਪਰ ਜਿੰਨਾ ਵੀ ਕੀਤਾ ਬਹੁਤ ਕਿਊਟ ਸੀਗਾ ਪਰ ਇੰਨੇ ਟਾਈਮ ਦੇ ਵਿੱਚ ਗੱਲਾਂ ਕਰਦੇ ਕਰਦੇ ਟਾਈਮ ਵੀ ਕਿੱਦਾਂ ਨਿਕਲ ਗਿਆ ਪਤਾ ਨਹੀਂ ਲੱਗ ਰਿਹਾ ਤੇ ਮੈਂ ਜਾਣਨਾ ਚਾਹਾਂ ਕਿ ਤੁਹਾਡੇ ਫਿਊਚਰ ਪ੍ਰੋਜੈਕਟਸ ਵੀ ਹੋਰ ਕਿਹੜੇ ਆ ਰਹੇ ਨੇ ਕੀ ਲੈ ਕੇ ਆ ਰਹੇ ਹੋ ਬਾਲੀਵੁੱਡ ਦੇ 2-3 ਟਰੈਕਸ ਕੀਤੇ ਹੋਏ ਆ ਓਕੇ ਸੋ ਲੈਟਸ ਸੀ ਸੈਕਿੰਡ ਹੈਂਡ ਤੋਂ ਜਵਾਨੀ ਤੋਂ ਬਾਅਦ 1-2 ਟਰੈਕਸ ਆਏ ਆ ਸੋ ਉਸ ਤੋਂ ਬਾਅਦ ਹੁਣ ਇਕੱਠੇ 3-4 ਗਾਣੇ ਗਾਉਣ ਦਾ ਮੌਕਾ ਮਿਲਿਆ ਸੋ ਲੈਟਸ ਸੀ ਉੱਥੇ ਟਾਈਮ ਬਹੁਤ ਲੱਗ ਜਾਂਦਾ ਅੱਜ ਕੀਤਾ ਸਾਲ 2 ਸਾਲ ਬਾਅਦ ਗੀਤ ਆਉਂਦਾ ਸੋ ਆਮ ਰੀਅਲੀ ਈਗਰਲੀ ਵੇਟਿੰਗ ਫॉर दैट ਓਕੇ ਤੇ ਬਾਰੀ ਬਰਸੀ ਕੀਤਾ ਇੱਕ ਹੋਰ ਇਸੇ ਤਰ੍ਹਾਂ ਦਾ ਪਿਆਰਾ ਜਾ ਭੰਗੜਾ ਕਮ ਕਹਿਣ ਜਾ ਮਤਲਬ ਕਹਿਣ ਜਾ ਗੀਤ ਹੈ ਉਹ ਵੀ ਆ ਰਿਹਾ ਤੇ ਉਸ ਤੋਂ ਬਾਅਦ ਇੱਕ ਥੋੜਾ ਜਿਹਾ ਵੈਸਟਰਨਾਈਜ਼ਡ ਬਨ ਜਾ ਬਾਲੀਵੁੱਡ ਵਿੱਚ ਓਬਵੀਅਸਲੀ ਤੁਸੀਂ ਸਾਡਾ ਪੰਜਾਬੀਆਂ ਦਾ ਨਾਂ ਰੋਸ਼ਨ ਕੀਤਾ ਤੇ ਸਾਡੀ ਪੰਜਾਬਣ ਨੇ ਇੰਨਾ ਸੋਹਣਾ ਗਾਇਆ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਉਧਰ ਵੀ ਬਾਲੀਵੁੱਡ ਵਿੱਚ ਗਾ ਕੇ ਸੱਚੀ ਦੱਸਾਂ ਤੇ ਮੈਨੂੰ ਜਦੋਂ ਗੀਤ ਰਿਲੀਜ਼ ਹੋਇਆ ਨਾ ਉਸ ਤੋਂ ਬਾਅਦ ਪਤਾ ਲੱਗਿਆ ਵੀ ਤੁਹਾਡਾ ਗੀਤ ਆ ਗਿਆ ਤੇ ਇਸ ਦੇ ਵਿੱਚ ਰਾਈਜ਼ ਹੋਇਆ ਆਈ ਵਾਸ ਸੋ ਹੈਪੀ ਬਿਕਾਜ਼ ਜਦੋਂ ਗਾਣਾ ਕੀਤਾ ਸੀ ਤੇ ਉਸਦੇ ਲਾਈਕ ਮੈਨੂੰ ਇਹੀ ਉਮੀਦ ਸੀ ਕਿ ਗਾਣਾ ਕਰਾਂਗੇ ਚਲੋ ਆ ਜੂਗਾ ਕਦੀ ਨਾ ਕਦੀ ਪਰ ਉਹ ਗਾਣਾ ਆਲਰੇਡੀ ਰੈਡੀ ਸੀ ਐਂਡ ਉਹਦੀ ਸ਼ੂਟ ਵੀ ਹੋ ਚੁੱਕੀ ਸੀ ਬਟ ਮੈਨੂੰ ਨਹੀਂ ਪਤਾ ਸੀ ਐਂਡ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਜਿਵੇਂ 2 ਹੀਰੋਇਨਸ ਦਾ ਗਾਣਾ ਹੈ ਸੋ ਦੇਅਰ ਸ਼ੁੱਡ ਬੀ 2 ਸਿੰਗਰਸ ਨੇਹਾ ਕੱਕੜ ਜੀ ਨੇ ਬਹੁਤ ਸੋਹਣਾ ਗਾਇਆ ਸੀ ਐਂਡ ਉਸ ਤੋਂ ਬਾਅਦ ਫਿਰ ਮੈਨੂੰ ਮੌਕਾ ਮਿਲਿਆ ਸੋ ਆਈ ਵਾਜ਼ ਬਹੁਤ ਖੁਸ਼ੀ ਹੋਈ ਅਫਕੋਰਸ ਬਹੁਤ ਅੱਛਾ ਲੱਗਿਆ ਕਿਉਂਕਿ ਗਾਣਾ ਲਾਈਕ ਪਹਿਲਾ ਗਾਣਾ ਐਂਡ ਉਹ ਵੀ ਸੈਫ ਅਲੀ ਖਾਨ ਦੀਪਿਕਾ ਪਾਡੂਕੋਨ ਕੈਂਟ ਜਵਾਨੀ ਫਿਰ ਹਨਾ ਜੀ ਚਾਹੋਗੇ ਕਿ ਚੰਦ ਲੈਣਾ ਹਾਂਜੀ ਜ਼ਰੂਰ ਚਲੋ ਜੀ ਗਾਣੋ ਮੈਂ ਹਮੇਸ਼ਾ ਤਿਆਰ ਰਹਿੰਦੀ ਦਾਏ ਲਗੇ ਕਭੀ ਬਾਏ ਲਗੇ ਨੈਨੋ ਕੀ ਬੁਲਟ ਦਿਲ ਪੇ ਦਾਏ ਲਗੇ ਰਾਜਾ ਦਾਏ ਲਗੇ ਕਭੀ ਬਾਏ ਲਗੇ ਨੈਨੋ ਕੀ ਬੁਲਟ ਦਿਲ ਪੇ ਦਾਏ ਲਗੇ ਰਾਜਾ ਆਈ ਹੈਲੀਕਾਪਟਰ ਪੇ ਚੜ ਕੇ ਜਵਾਨੀ ਕੂਦੀ ਪੈਰਾਸ਼ੂਟ ਬਿਨਾ ਕਰਕੇ ਮਨ ਮਾਨੀ ਤੇਰੀ ਐਂਡ ਜਵਾਨੀ ਤੇਰੀ ਬੈਂਡ ਜਵਾਨੀ ਨਹੀਂ ਚਾਹੀਏ ਮੁਝਕੋ ਤੇਰੀ ਸੈਕਿੰਡ ਹੈਂਡ ਜਵਾਨੀ ਆਏ ਹਾਏ 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 ਕਿਆ ਬਾਤ ਹੈ ਜੀ ਇੰਨੀਆਂ ਰੌਣਕਾਂ ਲੱਗੀਆਂ ਹੋਈਆਂ ਸੀ ਸਾਡੇ ਸ਼ੋਅ ਦੇ ਵਿੱਚ ਸਾਡਾ ਟਾਈਮ ਵੀ ਲੰਘਦਾ ਜਾ ਰਿਹਾ ਪਰ ਮੈਨੂੰ ਬਹੁਤ ਖੁਸ਼ੀ ਹੋਈ ਤੁਸੀਂ ਸਾਡੇ ਸ਼ੋਅ ਦੇ ਵਿੱਚ ਆਏ ਇੰਨੀਆਂ ਰੌਣਕਾਂ ਲਾਈਆਂ ਅਤੇ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਆਪਣੀ ਆਡੀਅੰਸ ਨੂੰ ਅਤੇ ਚੰਦ ਸ਼ਬਦ ਉਹਨਾਂ ਦੇ ਲਈ ਥੈਂਕ ਯੂ ਸੋ ਮਚ ਫੋਰ ਆਲਵੇਜ਼ ਲਵਿੰਗ ਮਾਈ ਸੌਂਗ ਤੁਸੀਂ ਹਮੇਸ਼ਾ ਮੇਰੇ ਗੀਤਾਂ ਨੂੰ ਪਸੰਦ ਕੀਤਾ ਅਤੇ ਬਾਰੀ ਬਾਰੀ ਵਰਸੀ ਨੂੰ ਇੰਨਾ 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 ਪਿਆਰ ਦੇ ਥੈਂਕ ਯੂ ਸੋ ਮਚ ਕਿਆ ਬਾਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਸ਼ੋਅ ਦੇ ਵਿੱਚ ਆਉਣ ਦੇ ਲਈ ਤੇ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਦੋਸਤੋ ਇਹ ਸੀ ਬੜੀ ਘੈਂਟ ਜਿਹੀ ਮੁਲਾਕਾਤ ਘੈਂਟ ਜਿਹੀ ਮਿਸ ਪੂਜਾ ਦੇ ਨਾਲ ਹੁਣ ਮੈਂ ਤੁਹਾਨੂੰ ਲੈ ਕੇ ਚੱਲਦੀ ਹਾਂ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਵੱਲੋਂ ਆਰਗੇਨਾਈਜ਼ ਕੀਤੇ ਗਏ ਡਾਂਡੀਆ ਉਤਸਵ ਤੇ ਜੀ ਹਾਂ ਇਸ ਉਤਸਵ ਦੇ ਵਿੱਚ ਮੈਂ ਕਿਹਾ ਲੋਕਾਂ ਨੇ ਫੁੱਲ ਔਨ ਡਾਂਡੀਆ ਇੰਜੋਏ ਕੀਤਾ ਇਹਦੇ ਨਾਲ ਨਾਲ ਨੋਇਡਾ ਦੇ ਵਿੱਚ ਵੀ ਡਾਂਡੀਆ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ ਚਲੋ ਫਿਰ ਆਪਾਂ ਵੀ ਮੈਂ ਕਿਹਾ ਖੇਡੀਏ ਡਾਂਡੀਆ ਕਰੀਏ ਇੰਜੋਏ ਚਲੋ ਆ ਜਾਓ ਫਿਰ ਨੋਇਡਾ ਦੇ ਵਿੱਚ ਹੋਈ ਡਾਂਡੀਆ ਉਤਸਵ ਤੋਂ ਬਾਅਦ ਹੁਣ ਮੈਂ ਤੁਹਾਨੂੰ ਲੈ ਕੇ ਚੱਲਦੀ ਹਾਂ ਚੰਡੀਗੜ੍ਹ ਦੇ ਲਾ ਫੇਰੀ ਐਗਜ਼ੀਬਿਸ਼ਨ ਤੇ ਜੀ ਹਾਂ ਇਸ ਐਗਜ਼ੀਬਿਸ਼ਨ ਦੇ ਵਿੱਚ ਮਿਊਜ਼ਿਕ ਡਾਂਸ ਮੈਂ ਕਿਹਾ ਜੀ ਫੂਡ ਬਹੁਤ ਸਾਰੀਆਂ ਚੀਜ਼ਾਂ ਦੇ ਰਿਲੇਟਡ ਐਗਜ਼ੀਬਿਸ਼ਨ ਲੱਗੀ ਸੀ ਆਓ ਫਿਰ ਸਿੱਧਾ ਚੱਲ ਕੇ ਦੇਖਦੇ ਹਾਂ ਕੀ ਖਾਸ ਸੀ ਇਸ ਐਗਜ਼ੀਬਿਸ਼ਨ ਦੇ ਵਿੱਚ
ਮੈਂ ਕਿਹਾ ਜੀ ਹੁਣ ਵੇਲਾ ਹੋ ਗਿਆ ਮੇਰੇ ਜਾਣ ਦਾ, ਤੁਹਾਨੂੰ ਬਾਏ ਬਾਏ ਕਹਿਣ ਦਾ, ਪਰ ਤੁਹਾਨੂੰ ਇਹ ਸ਼ੋਅ, ਇਹ ਐਪੀਸੋਡ ਕਿੱਦਾਂ ਦਾ ਲੱਗਿਆ ਸਾਨੂੰ ਫੀਡਬੈਕ ਦੇਣਾ ਨਾ ਭੁੱਲਿਓ। ਮੇਰੇ ਵੱਲੋਂ ਯਾਨੀ ਕਿ ਜਸਪਿੰਦਰ ਚੀਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਬਾਏ ਬਾਏ।